ਵਰੀਂਦਰ 80 ਦੇ ਦਸ਼ਕ ਵਿੱਚ ਪੰਜਾਬੀ ਸਿਨੇਮਾ ਦਾ ਮਸ਼ਹੂਰ ਚਿਹਰਾ ਜਨਮ ਇਹਨਾਂ ਦਾ 15 ਅਗਸਤ 1948 ਵਿੱਚ ਫਗਵਾੜਾ ਵਿਖੇ ਸੁਭਾਸ਼ ਟਡਵਾਲ ਵਜੋਂ ਹੋਇਆ ਪਰ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਵਰੀਂਦਰ ਬਾਲੀਵੁੱਡ ਐਕਟਰ ਤਰਮਿੰਦਰ ਦੇ ਕਜ਼ਨ ਬਰਦਰ ਨੇ ਪਰ 1988 ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਪੰਜਾਬ ਦੇ ਤਲਵੰਡੀ ਕਲਾਂ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਇਦਾਂ ਦਾ ਕੀ ਹੋਇਆ ਕਿ ਵਰੀਂਦਰ ਨੂੰ ਆਪਣੀ ਜਾਨ ਗਵਾਉਣੀ ਪਈ 80 ਦੇ ਦਸ਼ਕ ਵਿੱਚ ਵਰੀਂਦਰ ਪੰਜਾਬੀ ਸਿਨੇਮਾ ਦੇ ਬਹੁਤ ਵੱਡੇ ਸੁਪਰਸਟਾਰ ਸੀ ਇਹ ਬਿਹਤਰੀਨ ਐਕਟਰ ਹੋਣ ਦੇ ਨਾਲ-ਨਾਲ ਸਕਸੈਸਫੁਲ ਡਾਇਰੈਕਟਰ ਤੇ ਪ੍ਰੋਡਿਊਸਰ ਵੀ ਰਹੇ ਆਲਮ ਏਸੀ ਕੇ ਹਾਰਡ ਡਾਇਰੈਕਟਰ ਇਹਨਾਂ ਨੂੰ ਆਪਣੀ ਫਿਲਮ ਵਿੱਚ ਕਾਸਟ ਕਰਨਾ ਚਾਹੁੰਦਾ ਸੀ ਆਪਣੇ 12 ਸਾਲ ਦੇ ਫਿਲਮੀ ਕੈਰੀਅਰ ਵਿੱਚ ਵਰਿੰਦਰ ਨੇ 25 ਫਿਲਮਾਂ ਬਣਾਈਆਂ ਤੇ ਸਾਰੀਆਂ ਬਲੌਕਬਸਟਰ ਵੀ ਰਹੀਆਂ ਇਦਾਂ ਨਹੀਂ ਕਿ ਸਿਰਫ ਪੰਜਾਬੀ ਫਿਲਮਾਂ ਹੀ ਕੀਤੀਆਂ ਇਹਨਾਂ ਦੀਆਂ ਬਾਲੀਵੁੱਡ ਫਿਲਮਾਂ ਖੇਲ ਮੁਕੱਦਰ ਕਾ ਤੇ ਦੋ ਚਿਹਰੇ ਵੀ ਬਹੁਤ ਹਿਟ ਰਹੀਆਂ ਵਰਿੰਦਰ ਨੇ ਕੈਰੀਅਰ ਦੀ ਸ਼ੁਰੂਆਤ 1975 ਦੀ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਨਾਲ ਕੀਤੀ ਜਿਹਦੇ ਵਿੱਚ ਇਹਨਾਂ ਦੇ ਭਰਾ ਤਰਮਿੰਦਰ ਵੀ ਨਜ਼ਰ ਆਏ ਇਧਰ ਜਿਵੇਂ-ਜਿਵੇਂ ਵਰਿੰਦਰ ਦੀ ਪੋਪੂਲੈਰਿਟੀ ਵੱਧ ਰਹੀ ਸੀ ਇਹਨਾਂ ਦੇ ਦੁਸ਼ਮਣਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਵਰਿੰਦਰ ਨੂੰ ਇਦਾਂ ਦੇ ਮਾਹੌਲ ਵਿੱਚ ਸ਼ੂਟਿੰਗ ਨਾ ਕਰਨ ਦੇ ਹਦਾਇਤ ਪਹਿਲਾਂ ਹੀ ਦਿੱਤੀ ਗਈ ਸੀ ਪਰ ਇਹ ਨਹੀਂ ਮੰਨੇ 1988 ਦੀ ਗੱਲ ਹੈ ਜਦ ਵਰਿੰਦਰ ਜੱਟ ਤੇ ਜ਼ਮੀਨ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਸੈੱਟ ਤੇ ਕੁਝ ਹਥਿਆਰਬੰਦ ਲੋਕਾਂ ਨੇ ਆ ਕੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਵਰਿੰਦਰ ਦੀ ਮੌਤ ਹੋ ਗਈ ਇਹਨਾਂ ਦੀਆਂ ਕੁਝ ਮਸ਼ਹੂਰ ਫਿਲਮਾਂ ਜਿਵੇਂ ਲੰਬੜਦਾਰਨੀ, ਬਲਬੀਰੋ ਭਾਪੀ ਤੇ ਦੁਸ਼ਮਣੀ ਦੀ ਅੱਗ ਇਹਨਾਂ ਦੇ ਦਿਹਾਂਤ ਤੋਂ ਬਾਅਦ ਰਿਲੀਜ਼ ਹੋਈਆਂ। ਜਾਣਕਾਰੀ ਅਨੁਸਾਰ ਇਹਨਾਂ ਦੇ ਪੁੱਤਰ ਰਣਦੀਪ ਆਰਿਆ ਵਰਿੰਦਰ ਦੇ ਜੀਵਨ ਤੇ ਫਿਲਮ ਬਣਾ ਰਹੇ ਨੇ ਜੋ ਇਹਨਾਂ ਦੀ ਹੱਤਿਆ ਦੇ ਪਿੱਛੇ ਦੇ ਰਹੱਸ ਨੂੰ ਵੀ ਖੋਲ ਸਕਦੀ ਹੈ।